ਅਸਲਾਮ ਅਲੈਕੁਮ, ਤੁਸੀਂ ਦੇ ਪਏ ਯੂਟਿਊਬ ਚੈਨਲ ਮਿਤਲਾ ਵਲੌਗ ਅਫੀਸ਼ੀਅਲ ਅਤੇ ਮੇਰਾ ਨਾਮ ਹੈ ਮਲਿਕ ਉਮਰ ਯਾਰ। ਉਮੀਦ ਕਰੇ ਨਾ ਸਾਰੇ ਦੋਸਤ ਖੈਰ ਖਰੀਅਤ ਨਾਲ ਹੋ, ਸੋ ਠੀਕ ਹੋ ਸੋ, ਖੁਸ਼ ਹੋ ਸੋ, ਆਬਾਦ ਹੋ ਸੋ। ਅੱਲਾ ਪਾਕ ਤੁਹਾਨੂੰ ਸਲਾਮਤ ਰੱਖੇ। ਆਪਣੇ ਫਾਰਮ 'ਤੇ ਖੜੇ ਹੈ, ਕੋਈ ਛੋਟੇ ਛੋਟੇ ਬੱਦੇ ਨੇ ਬਾਲ ਅਤੇ ਕੱਢਣ ਆਏ ਨੇ ਮੁਰਗੀਆਂ ਜਾਲੀ ਪਾੜ ਕੇ। ਹੁਣ ਫਾਰਮ ਵਾਲੇ ਤਾਂ ਖੜੇ ਨੇ ਫੱਦੀ, ਅਤੇ ਮੈਂ ਕਿਹਾ ਆਪਣੇ ਦੋਸਤਾਂ ਨੂੰ ਵੀ ਦਿਖਾਵਾਂ, ਆਪਣੇ ਵੇਵਰਾਂ ਨੂੰ ਦਿਖਾਵਾਂ, ਬਈ ਦੁਪਹਾਰੇ ਦਾ ਟਾਈਮ ਹੈ ਅਤੇ ਚੋਰ ਸ਼ੋਰ ਇਸ ਵੇਲੇ ਬੰਦੇ ਫੜ ਲੈਂਦੇ ਨੇ। ਅਤੇ ਸਾਹਮਣੇ ਜਿਹੜਾ ਨਾ ਧਰਈਏ ਖੜੇ ਨੇ ਇਸ਼ਤਿਹਾਰੀਏ, ਅਤੇ ਫਾਰਮ 'ਤੇ ਰਸ਼ ਪਿਆ ਖੜੇ। ਇਹਨਾਂ ਕੋਲ ਪੁੱਛਦੇ ਹਾਂ ਬਈ ਇਹ ਕਿੱਥੋਂ ਆਏ ਨੇ, ਜਿੱਥੇ ਕਿ ਕਰ ਰਹੇ ਨੇ ਅਤੇ ਕਿਹੜੇ ਬੰਦੇ ਇਹਨਾਂ ਨੂੰ ਮਸ਼ਵਰਾ ਦਿੱਤਾ ਹੈ। ਇਹ ਤਰੇ ਜਣੇ ਮੂੰਹ ਤਾਂ ਕਰੋ, ਇਹ ਕਹਿੰਦੇ ਪੋਤਰੀ ਵੇ ਹੋਏ, ਅੱਬੂ ਦੇ ਪੁੱਤ ਨੇ ਸਾਈ, ਅਤੇ ਆਏ ਕਿੱਥੋਂ ਹੀ ਵੇ? ਪੁੱਲ ਤਲੂ, ਕਿਹੜੀ ਪੁੱਲ ਤਲੂ? ਮੋਟਰਵੇ ਵਾਲੀ ਪੁੱਲ ਤਲੂ, ਇਡਲੀ ਤਲੂ, ਉਡਲੀ ਨਹਿਰ ਵਾਲੀ ਤਲੂ, ਹੈਂ? ਨਹਿਰ ਵਾਲੀ ਤਲੂ। ਤੇਰੇ ਪਿਓ ਦਾ ਨਾਂ ਕੀ? ਤੇਰੇ ਪਿਓ ਦਾ ਨਾਂ ਹੈ ਹੀ ਅੱਬੂ? ਅੱਛਾ, ਤੇ ਤੂੰ? ਹੈਂ? ਤੇਰਾ ਹੀ ਅੱਬੂ ਹੈ, ਤੇ ਤੇਰਾ? ਹੈਂ? ਅਜਮਲ, ਅਜਮਲ ਮਿਸਤਰੀ, ਹਾਂ, ਅਜਮਲ ਲੱਖੋਂ ਜਿਹੜਾ ਮਿਸਤਰੀ ਹੈ, ਉਹਦਾ ਪੁੱਤਰ ਹੈ, ਹਾਂ। ਕੀ ਹੋਣੇ? ਖੁਦਾਈ ਵਾਲਾ ਕੰਮ ਕਰਨ ਦਾ ਹੀ ਬਸ ਕਰ ਗਈ ਹੈ। ਅੱਛਾ, ਤੁਹਾਨੂੰ ਫਾਰਮ ਕਹਿਣ ਦੱਸਿਆ ਬਈ ਇੱਥੇ ਮੁਰਗੀ ਆਉਣੀਆਂ, ਅਤੇ ਬਈ ਤੂੰ ਚੱਲ ਕੱਢੂ, ਇੱਡੇ ਮੇਰੇ ਦੇ ਮੂੰਹ ਕਰੋ ਧਰਈਏ ਜਣੇ, ਹੈਂ? ਉੱਚੇ ਬੋਲੋ। ਅੱਛਾ, ਕਹਿ ਆਖਾ ਬੇ ਤੂੰ ਦੱਸ, ਇਸ ਹੱਕ ਹੈ ਕਿਵੇਂ? ਏਡੂ ਤੁਸਾਂ ਵਿਰਾਹ ਹੀ ਵੇ? ਅੱਛਾ, ਲੱਖਣ ਇਵੇਂ? ਨਹੀਂ, ਅਲੱਗ ਅਲੱਗ ਦੱਸਣ ਪੁੱਛੋ ਤੇ ਵਲਾ। ਤੇਰੀ ਕੌਮ ਕੇ? ਤੇਰੀ ਤੂੰ ਕਿਹੜੀ ਜਾਤ ਜਾਲੀ ਪੇਪੜੇ ਦਾ ਵੇਰੀ ਖਾਓ? ਜਾਲੀ ਕਿਹੜੀ ਜਾਤ ਪੇਪੜੇ ਦਾ ਵੇਰੀ ਖਾਓ? ਅੱਗੋਂ ਪੜਨਾ ਪਿਆ ਅੱਗਾਂ? ਨਹੀਂ, ਦੱਸੋ ਕਿਹੜੀ ਜਾਤ ਜਾਲੀ ਪਾੜੀ ਵੇਰੀ ਖਾਓ? ਦੱਸੋ ਤੁਸਾਂ ਖੋਲੀ ਇਵੇਂ? ਜੁੱਤੀਆਂ ਤੁਹਾਡੀਆਂ ਆਪ ਕੋਣ ਹਨ ਜਾਂ ਪਾਈ ਕੋਣ ਆਏ ਵਧੇ? ਇਹ ਬੰਦੇ ਸਾਈ ਇਸ਼ਤਿਹਾਰ ਹੀ ਫੱਦੀ ਵਧੇ ਹੈ, ਹੈਂ? ਹਾਂ, ਵੀਰ ਇਹ ਦੇਖੋ, ਅਸਲ ਅਸਲ ਇੱਥੋਂ ਕਾਣ ਹੀ ਪਾਊਗਾ ਨੇ, ਦੇਖ ਲਓ, ਇਹ ਦੇਖ ਲਓ, ਜਾਲੀ ਦਾ ਟੋਟਾ, ਇਹ ਜਾਲੀ ਦੇ ਟੋਟੇ ਜਿਹੜੇ ਲੱਗੇ ਹੋਏ ਆ ਨਾ ਰਿਪੇਅਰਿੰਗ ਵਾਸਤੇ, ਤਰੋੜ ਛਰੋੜ ਕੇ ਨਾ, ਇਹਦੇ ਦੇਖ ਲਓ, ਅਤੇ ਆਪਣਾ ਕੰਮ ਸਟਾਰਟ ਕੀਤਾ ਹੋਇਆ ਸੀ ਉਹਨਾਂ ਨੇ। ਇਹ ਤਾਂ ਰੱਬੂ ਭਾਈ ਆ, ਜਿਹੜਾ ਨਾ ਦੁਪਹਾਰੇ ਦੇ ਟਾਈਮ ਕੋਈ ਪਾਣੀ ਛਾਣੀ ਦੇਖਣ ਆਇਆ ਨੇ, ਤਾਂ ਲੈ ਵੰਜਣ ਇੱਕ ਇੱਕ ਮੁਰਗੀ ਦੂ ਦੂ, ਠੀਕ ਹੈ ਨਾ? ਤੁਹਾਡੀ ਵੀਡੀਓ ਬਣਾ ਲਈ ਸਾਡੇ ਥਾਣੇ ਤੇ, ਅਗਰ ਤੁਸੀਂ ਵੱਲ ਲਾਇਆ ਨਾ, ਅਸੀਂ ਤੁਹਾਨੂੰ ਘਰੂ ਗੁਲਵਾ ਤੇ ਤੁਹਾਡੇ ਤੇ ਪਰਚਾ ਕਰਵਾ ਸੋ। ਕਿਛਾ ਇਹ ਨਹੀਂ, ਇਹ ਨੈਟ ਤੇ ਦੇਖੋ ਵੀਡੀਓ ਤੁਹਾਡੀ, ਨੈਟ ਤੇ ਦੇਣ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਨਾ ਤੁਹਾਨੂੰ ਥਾਣੇ ਤੇ ਲਿਖਿਆ ਸੂ, ਤੁਹਾਡੇ ਰਿਕਵਰੀ ਕਰਵਾ ਸੂ। ਇਹ ਸਹੀ ਵੀਵਰ ਦੇਖ ਲਓ, ਵੱਡੇ ਵੱਡੇ ਇੰਜਵਾਨ
ਤੇ ਮੁਰਗੀਆਂ ਚੋਰੀ ਕੱਢਣਾ ਵਿੱਚ ਜਾਲਾ ਮੋਰਾ ਛੋਰਾ ਕੀਤੀ ਬੈਠੇ ਹਨ ਤਰੇ ਚਾਰ ਜਾਈਆਂ ਤੂੰ ਇਹ ਵੱਲ ਫੱਦਾ ਹੀ ਇਹ ਬਣ ਕੇ ਉਹ ਸੜਕਾਂ ਤੋਂ ਅੱਗਾਂ ਪਿੱਛਾਂ ਜਿਹੜੇ ਲਈ ਤੂੰ ਪਤਾ ਲੱਗਿਆ ਨਾ ਵਾਲੇ ਬਾਜ ਗਏ ਹਨ ਰੋਡ ਬਹਿਦੇ ਰਹਿ ਗਏ ਹੇਕ ਨਾ ਜੁੱਤੀ ਕਿ ਨਹੀਂ ਸੱਟ ਖੜੇ ਗਰਮੀ ਦੇ ਦੇਖ ਤੇ ਮੌਕਾ ਜਿਹੜਾ ਨਾ ਚੌਕਾ ਮਾਰਨ ਆਇਆ ਉਹਦੇ ਦੁਕਾਨ ਜੁੱਤੀ ਲਾਪੋ ਸੀ ਹੁਣ ਹਾਂ ਅੱਛਾ ਚਲੋ ਹੇਕ ਜੁੱਤੀ ਜਿਹੜੀ ਤੇਰੀ ਹੈ ਨਾ ਉਹ ਤੂੰ ਹੁਣ ਗੋਲ ਤੇ ਹੁਣ ਤੁਹਾਨੂੰ ਛੁੜਿਆ ਦੇ ਪੈ ਬਾਈ ਛੋੜ ਦੇ ਬਈ ਬੰਦਿਆਂ ਨੂੰ ਰਿਹਾਈ ਦੇ ਬੰਦਿਆਂ ਬਈ ਜਵਾਰੀ ਦਿਆ ਸੋ ਹੁਣ ਤੁਸਾਂ ਹੀ ਦਿਆ ਏ ਅਸਾਂ ਤੁਹਾਡੀ ਸੁਣਤਾਂ ਹੀ ਕਰਵਾਇਆ ਸੋ ਇੱਥੇ ਲਾਈ ਨੂੰ ਸਾੜ ਤੇ ਸੁਣਤਾਂ ਸਮਝਿਆ ਦੇ ਵੇਖੇ ਛੋਦੇ ਬੁੱਲੀਆਂ ਕਪਵਾ ਸੂ ਤੁਹਾਡੀਆਂ ਠੀਕ ਹੈ ਨਾ ਹਾਂ ਤੁਸਾਂ ਆਪਾਂ ਤੇ ਇੱਕ ਪੈ ਨੂੰ ਗਲਕਣੀਆਂ ਪਾਓ ਤੇ ਵੱਲ ਵੰਜੋ ਨਾ ਨਾ ਤੁਸਾਂ ਹੀ ਦਿਆ ਵਾ ਹੁਣ ਅਸਾਂ ਵੱਲ ਤੁਹਾਨੂੰ ਛੋੜਨਾ ਕੋ ਨਹੀਂ ਚਲ ਚਲੋ ਵੰਜੋ ਨਾਲ ਖੈਰ ਦੇ ਮੇਰੇ ਸ਼ੇਰ ਪੁੱਤਰ ਚਲੋ ਹੁਣ ਤਰਈਏ ਇਕੱਠੇ ਵੰਜੋ ਮੇਰੇ ਸ਼ੇਰ ਪੁੱਤਰ ਤੇ ਅੱਜ ਤੋਂ ਬਾਅਦ ਚੋਰੀ ਕਰਨ ਨਹੀਂ ਆਉਣਾ ਇਹਦੇ ਸਾਡੇ ਪਾਸੇ ਤੇ ਹਾਂ ਵੰਜੋ ਇਹਨਾਂ ਲੈ ਵੰਜੋ ਜੁੱਤੀਆਂ ਗੋਲੋ ਮੇਰੇ ਪੁੱਤਰੋਂ ਮਿੰਟ ਲਾਓ ਵੰਜੋ ਗਰਮੀ ਦਾ ਟਾਈਮ ਹੈ ਪਾਣੀ ਪੀਂਦੇ ਵੇ ਹੈ ਚਾਲ ਛਾਪਰ ਚਾਲ ਛਾਪਰ ਹੀ ਚਾਹ ਲਓ ਤੇ ਪਾਣੀ ਜਿਹੜਾ ਨਾ ਪੀ ਕੇ ਤੇ ਵੱਲ ਮੇਰਾ ਪੁੱਤਰ ਵੰਜੋ ਹੈ ਬਾਤ ਨਹੀਂ ਆਉਣਾ ਇਹਦੇ ਨਹੀਂ ਤਾਂ ਹੁਣ ਕੋ ਨਾ ਛੁਡਵਾ ਸਾਂ ਤੁਹਾਨੂੰ ਮੈਂ ਚਲੋ ਛੋੜ ਪਰਾਂ ਵੰਜਣ ਦੇ ਬਾਲ ਹਨ ਛੋਟੇ ਛੋਟੇ ਗਰਮੀ ਦਾ ਮੌਸਮ ਹੈ ਕਿਵੇਂ ਸਾਈ ਬਾਲਾਂ ਖੁੱਲਦੇ ਵੀਰ ਗਲਤੀ ਹੋ ਗਈ ਬਾਲਾਂ ਨੂੰ ਛੁੜਵਾਉਣਾ ਪਾਉਂਦਾ ਹੈ ਵੀ ਲਓ ਕੇ ਤੁਹਾਨੂੰ ਦਿਖਾਉਂਦੇ ਪੈ ਹੋ ਜਾਏ ਬਾਲਾਂ ਨੂੰ ਛੋੜ ਦਿੱਤਾ ਕਰੋ ਕੋਈ ਘਾਟਾ ਵਾਧਾ ਹੋਈ ਮੈਂ ਇਹ ਇੱਥੋਂ ਤਕਰੀਬਨ 3-4 ਕਿਲੋਮੀਟਰ ਸਫ਼ਰ ਕਰਕੇ ਆਇਆ ਵਦਨ ਜਿੱਥੇ ਮੇਰਾ ਉਹ ਛੋਟਾ ਘਰ ਹੈ ਉੱਥੋਂ ਮੋਟਰ ਵਾਲੀ ਪੁੱਲ ਦੇ ਤਲੂ ਆਇਆ ਵਦਨ ਛੋਟੇ ਮੁਰਗੀ ਚਾਵਣ ਵਾਸਤੇ ਇਹਨਾਂ ਨੇ ਪਤਾ ਕੋ ਨਹੀਂ ਕਮਲਿਆਂ ਨੂੰ ਆਪ ਬਾਬੂ ਚੋਰ ਹਨ ਜਿਹਨਾਂ ਦੀ ਮੁਰਗੀ ਚਾਵਣ ਆਇਆ ਵਾ ਤੇ ਨਾ ਉਹ ਆਪ ਮੁਰਗੀ ਚੋਰ ਲੋਕਾਂ ਦੀਆਂ ਚਾਹ ਤੇ ਘੱਟੀਆਂ ਕੀ ਦਿਖਣ ਇਹ ਉਹਨਾਂ ਦੀ ਚਾਵਣ ਆ ਕਹਿੰਦੀ ਯਾਰ ਮੈਨੂੰ ਹੈਰਤ ਇਸ ਗੱਲ ਦੀ ਹੈ ਕਿਵੇਂ ਸਾਈ ਸੇਠ ਸਾਹਿਬ ਇਹ ਤੁਸੀਂ ਚਾਹ ਆਇਓ ਸਨ ਮੋਟਰ ਵੇ ਦਿੱਤਾ ਹੁਣ ਅੱਜ ਤੁਹਾਡੀ ਚਾਵਣ ਆਇਆ ਤੈਨੂੰ ਬਾਹਰ ਹੀ ਲਵਣ ਆਇਆ ਤੈਨੂੰ ਅੱਛਾ ਗਏ ਹੀ ਨਾ ਅੱਜ ਉਹ ਬਦਲ ਲਾਵਣ ਆ ਗਿਆ ਨਾ ਤੈਨੂੰ ਕਾਵੜ ਲੱਗੀ ਖੜੀ ਹੈ ਮੋਟਰ ਵੇ ਤੇ ਵੀਡੀਓ ਬਣਾਉਣ ਗਏ ਨਾ ਉਹਨਾਂ ਦੀ ਛੋਸੀ ਦੇ ਮੁਰਗੀਆਂ ਵਾਲੇ ਉਹ ਅੱਜ ਤੋੜੂ ਆਪਣਾ ਨਿਆ ਮਾਲ ਲਾ ਗਿਆ ਹੈ ਆ ਬਸ ਤੁਸੀਂ ਅੱਜ ਨਾ ਸ਼ੁਕਰ ਮੰਗੋ ਬਚ ਗਿਆ ਵੇ ਰੁਪਾਰ ਦੇ ਟਾਈਮ ਹੀ ਜਿਹੜੇ ਵਾਕਿਆਤ ਹੁੰਦੇ ਰਹੇ ਵੰਦਨ ਟੈਨਸ਼ਨ ਨਹੀਂ ਲਈ ਕਰੋ ਆਓ ਹੁਣ ਚਲੋ ਇਹ ਮੇਰੇ ਨਿੱਕੇ ਨਿੱਕੇ ਬਾਲ ਹੀ ਆਏ ਵੰਦਨ ਇਹ ਸਾਰੇ ਪਿੱਛੋਂ ਪਹੁੰਚ ਜਾਣ ਪਈ ਜਿਹੜਾ ਨਾ ਕੇ ਵਕੂਆ ਇੱਥੇ ਹੋ ਗਏ ਸਾਡੇ ਫਾਰਮ ਤੇ ਭਾਈ ਛੋੜ ਹਿੰਮਤ ਕੀਤੀ ਨੇ ਚਲੋ ਵੀਵਰ ਛੁੜਵਾ ਦਿੱਤਾ ਅੱਗਾ ਮਿਲਦੇ ਹੁਣ ਤੁਹਾਨੂੰ ਇਨਸ਼ਾਅੱਲਾ ਵੀਵਰ 12 ਚਲਾ ਦਿੱਤੀ ਏ ਸਾਰੇ ਬੰਦੇ ਦਾਵਣ ਦੀ ਤਿਆਰੀ ਏ ਚਨ ਕੁਝ ਵਿੱਚ ਵੜੇ ਖੜੇ ਨੇ ਦਾਵਣ ਵਾਸਤੇ ਮਲੇ ਗਸਾਨੀ ਵਿੱਚ ਵੜਾ ਖੜਾ ਦਾਵਣ ਵਾਸਤੇ ਇਹ ਦੂ ਬੰਦੇ ਵਾਲੇ ਉੱਤੇ ਤਿਆਰ ਖੜੇ ਨੇ ਉਸ ਤੋਂ ਬਾਅਦ ਖਾਦਾ ਭਰੀ ਜਿਵੇਂ ਸੀ ਬੰਦ ਕੀਤੀ ਖਾਣੇ ਵਾਲਾ ਸਾਂ ਆਪ ਹੀ ਦੱਸੂ ਮਹਿਮਾਨ ਆਏ ਵਦਨ ਉਹ ਵੀ ਦਾਂਦੇ ਪੈਣ ਮਲਿਕ ਸਾਹਿਬ ਹੋਰੀ ਸਹੀ ਮੰਜੀ ਦਵਿਆਂ ਦੇ ਖੜੇ ਨੇ ਤੇ ਮਲਿਕ ਸਾਹਿਬ ਦੇ ਰੰਗ ਸ਼ੰਗ ਉੱਡੇ ਖੜੇ ਨੇ ਦੇਖ ਲਓ ਇਹ ਖੜਾ ਟੂਵੇਲ ਤੇ ਦਾ ਤੇ ਆਇਆ ਖੜਾ ਔਕਾ ਖੜਾ ਦੁੱਲੇ ਮੈਨੂੰ ਅੱਜ ਦਵਾਇਆ ਨੇ ਮੈਂ ਆਲੀ ਥੋਣੀ ਜਿਹੜਾ ਨਾ ਕੱਪੜੇ ਬੈ ਚੇਂਜ ਕੋ ਨਹੀਂ ਕੀਤੇ ਖਾਣਾ ਇਹਨਾਂ ਦੀ ਇੰਤਜ਼ਾਰ ਕਰਿੰਦਾ ਮੈਂ ਕਿਹਾ ਮਤਾਂ ਵੱਲ ਦਵਾਉਣ ਲਈ ਵੰਜਣ ਮੰਜੀ ਦਵਾਈ ਖਾਣੇ ਮਾਸ਼ਾਅੱਲਾ ਨਾਲ ਬਾਣੇ ਦੇ ਵਿੱਚ ਖਾਣੇ ਇਹ ਹੁਣ ਮੰਜੀ ਸੰਜੀ ਦਵਾ ਕੇ ਸਹੀ ਇਹ ਦਾਸੀ ਤਾਂ ਖਾਦਾ ਕੀ ਇਹ ਖੁੱਲ ਹੁਣ ਖਾਦਾ ਫੁੱਲ ਉਹ ਤੁਹਾਨੂੰ ਬੋਤਲ ਨਿਕਲ ਗਈ ਖਾਦੇ ਚੋਂ ਤੈ ਕਹਿ ਕੇ ਬਰਾ ਘੜੇ ਪਹਿਲੇ ਬੋਤਲ ਇੱਕ ਨਿਕਲੀ ਵੱਲ ਬਈ ਨਿਕਲੀ ਗਈ ਪਰ ਉਹ ਬੋਤਲਾਂ ਨਿਕਲ ਗਈ ਮੈਂ ਤਾਂ ਟੂਵੈਲ ਬੰਦ ਕਰ ਉਹ ਚੜਿਆ ਮਾਤਾ ਬੈਠਾ ਹੀ ਪਾਣੀ ਰੱਖੀ ਇੱਕ ਉਸਨੇ ਕੱਢੀ ਹੈ ਜਾ
ਇੱਕ ਵਾਲਾ ਖੁਦ ਬ ਖੁਦ ਨਿਕਲੀ ਗਈ ਏਡੀ ਜੋ ਤੇ ਪੱਕੀਆਂ ਕਾਰ ਤੇ ਰੀਤੀਆਂ ਨਿਕਲਣੀਆਂ ਇਹਨਾਂ ਨੂੰ ਨੀ ਆਇਆ ਉਹਨਾਂ ਡੂ ਨੂੰ ਉਹਨਾਂ ਡੂ ਦਾ ਕੀ ਆ ਕਸੂਰ ਸਾਡੇ ਤੇ ਕੰਮ ਏਡੇ ਤੇ ਡੌਂਕੀ ਤੇ ਦਾਲ ਹੈ ਯਾਰ ਕੁਝ ਨੀ ਆਉਂਦਾ ਵੀਰ ਕਿਵੇਂ ਡੌਂਕੀ ਤੇ ਨਾ ਦਾਲ ਹੈ ਬਿਜਲੀ ਤੇ ਮੈਂ ਕਿੱਥੇ ਬਰਬਾਦ ਕੀਤਾ ਖੁਦ ਖੁਦ ਬਖੁਦ ਤੇਰਾ ਪਾਣੀ ਲੇਕਿਨ ਲੇਕਿਨ ਤਰਾ ਫਾਰਾ ਮੋਹਨ ਠੀਕ ਹੋਇਆ ਤਾਂ ਟੂਵੈਲ ਚੱਲੀ ਅੱਜ ਬੜੇ ਅਰਸੇ ਬਾਅਦ ਚਲੋ ਕੋਈ ਗੱਲ ਨੀ ਅਸਾਂ ਦਾਲ ਹੀ ਰਾਜ ਰਾਜ ਕੇ ਦਿੱਤੇ ਹਾਂ ਅਸਾਂ ਦਾ ਬਾਈ ਰਾਜ ਰਾਜ ਕੇ ਦਿੱਤੇ ਹਾਂ ਦਿੱਤੇ ਹਾਂ ਅਜੇ ਮਾਮਾ ਦਾ ਰੋਲਾ ਤਾਂ ਸੁਣਾ ਪੰਜ ਮੁਰਗੇ ਦੇ ਗਏ ਫਾਰਾ ਮਾਲੇ ਆਪਣੇ ਫਾਰਾ ਮਾਲੇ ਨਾ ਪੰਜ ਮੁਰਗੇ ਦੇ ਗਏ ਬਈ ਦਮੀ ਵਾਲੇ ਨਾ ਇਹਨਾਂ ਨੂੰ ਹੱਥ ਰੱਖ ਕੇ ਖਵਾਏ ਤੇ ਸਵੇਰੇ ਇਹਨਾਂ ਦਾ ਜਿਹੜਾ ਨਾ ਪੂਰੇ ਤਰੀਕੇ ਨਾਲ ਇਹਨਾਂ ਦੇ ਹੱਥ ਰੱਖ ਕੇ ਨਾ ਇੰਜੋਏ ਕਰਨਾ ਇਹਨਾਂ ਨੂੰ ਇਹ ਮਾਸ਼ਾਅੱਲਾ ਨਾਲ ਅੱਜ ਦੀ ਰਾਤ ਦੇ ਮਹਿਮਾਨ ਇਹਨਾਂ ਚਾਰ ਇਹ ਖੜੇ ਨੇ ਇੱਕੋ ਉੱਤੇ ਭੂਤ ਚੜਾ ਬੈਠਾ ਉਹ ਸਾਹਮਣੇ ਇਹ ਪੰਜ ਮੁਰਗੇ ਦੇ ਗਏ ਸਹੀ ਇਹ ਦਮੀ ਵਾਲੇ ਸਹੀ ਇਹਨਾਂ ਦਾ ਟੁੱਕਰ ਪਾਣੀ ਕਰਨਾ ਇੰਜੋਏ ਕਰਨਾ ਇਹ ਮੁਰਗੇ ਕਿਉਂਕਿ ਉਹ ਤਾਂ ਮੁਰਗੀਆਂ ਚਾਹੀਦੀਆਂ ਨਾ ਅੰਡੇ ਵਾਸਤੇ ਨਾ ਮੁਰਗੀਆਂ 'ਚ ਵੱਲ ਮੁਰਗੇ ਵਿੱਚ ਕੁਝ ਨਿਕਲਦੇ ਹਨ ਉਸ ਵਜ੍ਹਾ ਕਰਕੇ ਨਾ ਇਹਨਾਂ ਮੁਰਗੀਆਂ 'ਤੇ ਸਵੇਰੇ ਵੱਲ ਹੱਥ ਰੱਖਵਾ ਸੂੰ ਇਹਨਾਂ ਨੂੰ ਬਣਵਾ ਸੂੰ ਅਤੇ ਬਾਅਦ ਇਹਨਾਂ ਨੂੰ ਇੰਜੋਏ ਕਰੇ ਸੂੰ ਇਹ ਵਾਲੇ ਬਾਣੇ 'ਚ ਖੜਾਈ ਖੜੇ ਵੀਰ ਘਰ ਦੇ ਬਾਹਰੋਂ ਨਿਕਲੇ ਇਹ ਘਰ ਦੇ ਬਾਹਰੋਂ ਦੀ ਲੋਕੇਸ਼ਨ ਇਹ ਮਲਿਕ ਸਾਹਿਬ ਹੋਰੀ ਰੱਲੇ ਸਾਹਮਣੇ ਵਧੇ ਨੇ ਇੱਥੇ ਮਹਿਮਾਨ ਵਹਿੰਦੇ ਪੈਣ ਗੱਡੀ ਕੱਢੇ ਦੇ ਪੈਣ ਸਾਹਮਣੇ ਵਾਲਾ ਜੰਤਰ ਹੀ ਮਾਸ਼ਾਅੱਲਾ ਨਾਲ ਚਰਨਾ ਸ਼ੁਰੂ ਹੋ ਗਈ ਬੱਕਰੀਆਂ ਛੱਕਰੀਆਂ ਲੱਗੀਆਂ ਖੜੀਆਂ ਵਿਕ ਗਈ ਹੈ ਅਤੇ ਉਸ ਤੋਂ ਬਾਅਦ ਜਿਹੜਾ ਨਾ ਅਸਾਂ ਹੁਣ ਜਿਹੜਾ ਨਾ ਕੱਪੜੇ ਛੱਪੜੇ ਚੇਂਜ ਕਰਕੇ ਅਲਹਮਦੁਲਿਲਾ ਬਾਹਰ ਨਿਕਲੇ ਖੜੇ ਆਪਣੀ ਸੜਕ 'ਤੇ ਹੁਣ ਸੜਕ 'ਤੇ ਇੰਜੋਏ ਕਰੇ ਨੇ ਜੱਟ ਅਤੇ ਜੱਟ ਆਪਣੇ ਮਾਚੇ ਦੇਰ ਤੇ ਫਿਰਦੇ ਟੁਰਦੇ ਇੱਥੋਂ ਦਾ ਮਾਹੌਲ ਚੈੱਕ ਕਰਵਾਉਂਦੇ ਦੋਸਤਾਂ ਨਾਲ ਇਹਨਾਂ ਨੇ ਕੱਪੜੇ ਚੇਂਜ ਨਹੀਂ ਰੱਖੀ ਅਤੇ ਉਹਨਾਂ ਗਾਰ ਵਾਂਝ ਕਰਨੇ ਪੁੱਛ ਨਹੀਂ ਮੈਂ ਤੂੰ ਤਾਂ ਕਰ ਲਵੇਂ ਆ ਤੂੰ ਕਿਉਂ ਵਧੀਏ ਹੈਂ ਚਲੋ ਪਹਿਲੇ ਕੱਪੜੇ ਚੇਂਜ ਕਰੋ ਵੀਰ ਮਲਿਕ ਸਾਹਿਬ ਸਮਾਨ ਲੈ ਤੇ ਆਇਆ ਕਿਹੜੇ ਮਲਿਕ ਰਹਿਣ ਦਾ ਅੱਜ ਸਾਲ ਗੀਰਾ ਅਤੇ ਸਾਲ ਗੀਰਾ ਜਿਹੜਾ ਨਾ ਤੁਹਾਨੂੰ ਲਿਖਿਆ ਨੇ ਸਾਲ ਗੀਰੇ ਦੇ ਵਿੱਚ ਅੱਜ ਪੀਜ਼ਾ ਪਾਰਟੀ ਹੋ ਗਈ ਹੈ ਕੇਕ ਸ਼ੇਕ ਵਿੱਚੋਂ ਘੱਟ ਵੀ ਤਾਨੇ ਇਹਨਾਂ ਕਹੇ ਪੀਜ਼ਾ ਖਾਣਾ ਹਾਂ ਬਾਈ ਲੈ ਸਮਾਨ ਪੀਜ਼ਾ ਉੱਚਾ ਬੋਲ ਹੋ ਰਾਜੀ ਹੈ ਹੈ ਅੱਜਣੀ ਕੌਣ ਯਾਰ ਰਾਜੀ ਊਂ ਲਾਈ ਬੈਠਾ ਹੈ ਤੂੰ ਰਾਜੀ ਹੈ ਤੂੰ ਤਾਂ ਪਹਿਲੇ ਰਾਜੀ ਹੈ ਤੂੰ ਕੈਚਅਪ ਲਾਈ ਬੈਠਾ ਸਾਰਿਆਂ ਤੋਂ ਪਹਿਲੇ ਇਹ ਸਹੀ ਤ੍ਰੈ ਲੈਨ ਤ੍ਰੈ ਕਿਹਦਾ ਡੂ ਡੂ ਲੀਟਰ ਵਾਲੀਆਂ ਬੋਤਲਾਂ ਆ ਗਈਆਂ ਮਾਸ਼ਾਅੱਲਾ ਨਾਲ ਉਸ ਤੋਂ ਬਾਅਦ ਅਲ ਖੈਰ ਵਾਲਿਆਂ ਕੋਲੋਂ ਮੁਲਤਾਨ ਨੂੰ ਸਪੈਸ਼ਲ ਪੀਜ਼ੇ ਮੰਗਵਾਏ ਡੂ ਵੱਡੇ ਐਂਡਾ ਲੈਣ ਨਾ ਅੱਛਾ ਚਲੋ ਮਾਸ਼ਾਅੱਲਾ ਸਹੀ ਇਹ ਅੱਜ ਦੈਨੇ ਦਾ ਖਰਚ ਹੋਇਆ ਪੀਏ ਅਦੈਨੇ ਖੋਲਾ ਨਹੀਂ ਆ ਖੋਲ ਬੜਿਆ ਚੈੱਕ ਕਰਵਾ ਬੈ ਨੂੰ ਸੱਡਣ ਤੋਂ ਪਹਿਲਾਂ ਤਾਂ ਜੱਟ ਲਾ ਲਊ ਓ ਯਾਰ ਇਹ ਹਾਂ ਇਹ ਨਹੀਂ ਮਾਸ਼ਾਅੱਲਾ ਸਾਈਂ ਇਹ ਸਾਈਂ ਡੂ ਪੀਜ਼ੇ ਆ ਗਏ ਸਾਈਂ ਉਸ ਤੋਂ ਬਾਅਦ ਮਲਿਕ ਜ਼ੈਨ ਜਿਹੜਾ ਨਾ ਉਸ ਮਲਿਕ ਜ਼ੈਨ ਤਾਂ ਮੇਰੇ ਖਿਆਲ 'ਚ ਮਲਿਕ ਜ਼ੈਨ ਤੂੰ ਖਾਸੇ ਤੈਨੂੰ ਤੂੰ ਤਾਂ ਕੌਣ ਖਾਂਦਾ ਹੁੰਦਾ ਖਾਂਦਾ ਹੁੰਦਾ ਕੌਣ ਨਹੀਂ ਖਾਂਦਾ ਹੁੰਦਾ ਕਿਵੇਂ ਵੀ ਵਾਰ ਕੈਸੇ ਨਵਾਲ ਇਹ ਮਲਿਕ ਜ਼ੈਨ ਦੀ ਅੱਜ ਸਾਲ ਗੀਰਾ ਤੇ ਨਾ ਕੇਕ ਨਹੀਂ ਕੂਏ ਦੇ ਪੈ ਪੀਜ਼ੇ ਪੈ ਕੂਏ ਦੇ ਉਡੂ ਬੋਤਲਾਂ ਪਈਆਂ ਖੁੱਲਦੀਆਂ ਇੰਜੋਏ ਪੈ ਕਰੇ ਦੇਣ
ਉਸ ਤੋਂ ਬਾਅਦ ਅੱਜ ਵਾਲੇ ਵਲੌਗ ਦੇ ਥਾਂ ਹੀ ਕਰਨੇ ਪਏ ਐਂਡ, ਹੁਣ ਖਾਂਦੇ ਪੀਂਦੇ ਇਨਸ਼ਾਅੱਲਾ ਮਿਲ ਸੁੱਕਿਆ ਨਵੇਂ ਵਲੌਗ ਦੇ ਨਾਲ, ਦੁਆਵਾਂ ਯਾਦ ਰੱਖਣਾ, ਅੱਲਾ ਹਾਫਿਜ਼, ਕਿਉਂਕਿ ਨਾ ਹੁਣ ਮੇਰੇ ਜ਼ਹਿਨ ਨੂੰ ਜਿਹੜਾ ਨਾ ਪੀਜ਼ਾ ਸ਼ੀਜ਼ਾ ਖਵਾ ਲਓ, ਇਸ ਤੋਂ ਪਹਿਲੇ ਨਾ ਕਿ ਨਹੀਂ ਘੱਲੇ ਨਾ ਸ਼ੁਰੂ ਥੀ ਵਜੇ।